ਸਤਿ ਸ਼੍ਰੀ ਅਕਾਲ ਦੋਸਤੋ ਪ੍ਰੋਗਰਾਮ ਖਰੀਆਂ ਗੱਲਾਂ ਵਿੱਚ ਤੁਹਾਡਾ ਸਵਾਗਤ ਹੈ ਤੇ ਸਵਾਗਤ ਹੈ ਬੀਬਾ ਅਮਰਜੀਤ ਕੌਰ ਹੋਰਾਂ ਦਾ ਬੀਬਾ ਅਮਰਜੀਤ ਕੌਰ ਪੰਜਾਬ ਦੀ ਰਾਜਨੀਤੀ ਦੇ ਵਿੱਚ ਇੱਕ ਜਾਣਿਆ ਪਛਾਣਿਆ ਨਾਮ ਕਰਨਲ ਰਘਵੀਰ ਸਿੰਘ ਦੀ ਬੇਟੀ ਕਰਨਲ ਰਘਵੀਰ ਸਿੰਘ 1953 ਦੇ ਵਿੱਚ ਪੈਪਸੂ ਦੇ ਪਹਿਲੇ ਚੁਣੇ ਹੋਏ ਮੁੱਖ ਮੰਤਰੀ ਬਣੇ ਸਨ ਸਿਆਸਤ ਬੀਬਾ ਜੀ ਦੀ ਦੇ ਖੂਨ ਦੇ ਵਿੱਚ ਹੈ ਅੱਜ ਅਸੀਂ ਉਹਨਾਂ ਨਾਲ ਕੁਛ ਖਰੀਆਂ ਖਰੀਆਂ ਗੱਲਾਂ ਕਰਨ ਜਾ ਰਹੇ ਹਾਂ ਬੀਬਾ ਜੀ ਜਿਸ ਤਰ੍ਹਾਂ ਮੈਂ ਦੱਸਿਆ ਕਿ ਤੁਹਾਡੇ ਪਿਤਾ ਜੀ ਕਰਨਲ ਰਘਵੀਰ ਸਿੰਘ ਪੈਪਸੂ ਦੇ ਜਿਹੜੇ ਹੈ ਉਹ ਮੁੱਖ ਮੰਤਰੀ ਰਹੇ ਅਤੇ ਉਸ ਤੋਂ ਪਹਿਲਾਂ ਰੋਇਲ ਫੈਮਿਲੀ ਨਾਲ ਉਹਨਾਂ ਦੇ ਸਿੱਧੇ ਸੰਬੰਧ ਸੀ ਤੁਸੀਂ ਇਸ ਸਰਗਰਮ ਰਾਜਨੀਤੀ ਦੇ ਵਿੱਚ ਕਿਵੇਂ ਆ ਗਏ ਕੀ ਉਹਨਾਂ ਕਾਰਨ ਕਿਉਂਕਿ ਸਾਰਾ ਮਾਹੌਲ ਹੀ ਪੋਲੀਟੀਕਲ ਸੀ ਜਾਂ ਕੋਈ ਹੋਰ ਕਾਰਨ ਸੀ ਬਚਪਨ ਤੋਂ ਹੀ ਅਸੀਂ ਜਦੋਂ ਦੀ ਹੋਸ਼ ਅਸੀਂ ਸੰਭਾਲੀ ਹੈ ਅਸੀਂ ਰਾਜਨੀਤੀ ਗੱਲਾਂ ਹੀ ਸੁਣਦੇ ਆਏ ਹਾਂ ਜੀ ਬੀਬੀ ਜੀ ਨੇ ਕੋਈ ਗੱਲ ਕਰਨੀ ਜਾਂ ਕਰਨ ਸਾਹਿਬ ਦੀ ਉਹਨਾਂ ਦੇ ਜਿਹੜੇ ਮਿਲਣ ਸਾਡੇ ਰਿਸ਼ਤੇਦਾਰਾਂ ਨੇ ਸਾਰਿਆਂ ਨੇ ਗੱਲਾਂ ਇਹ ਰਾਜਨੀਤੀ ਦੀਆਂ ਗੱਲਾਂ ਹੁੰਦੀਆਂ ਸੀ ਜੀ ਤਾਂ ਉਸ ਤੋਂ ਸਾਨੂੰ ਮੈਨੂੰ ਬੜੀ ਦਿਲਚਸਪੀ ਰਹਿੰਦੀ ਸੀ ਗੱਲਾਂ ਸੁਣਨ ਦੀ ਮੈਨੂੰ ਕਈ ਵਾਰੀ ਝਿੜਕਾਂ ਵੀ ਪਈਆਂ ਛੋਟੇ ਹੁੰਦਿਆਂ ਤੈਨੂੰ ਗੱਲਾਂ ਸੁਣਨ ਦਾ ਬੜਾ ਚਸਕਾ ਮੈਨੂੰ ਸ਼ੁਰੂ ਤੋਂ ਗੌਰ ਨਾਲ ਹਰੇਕ ਗੱਲ ਮੈਂ ਸੁਣਦੀ ਸੀ ਕਰਨਲ ਰਘਵੀਰ ਸਿੰਘ ਮੇਰੇ ਫਾਦਰ ਤੇ ਖੇਡਾਂ ਦਾ ਉਹਨਾਂ ਨੂੰ ਬੜਾ ਸ਼ੌਕ ਸੀ ਤੇ ਦੇਖ ਕੇ ਮਹਾਰਾਜ ਨੂੰ ਬੜੇ ਮਹਾਰਾਜ ਨੂੰ ਬੜਾ ਸ਼ੌਕ ਸੀ ਇਹੋ ਜਿਹੇ ਹੋਨਹਾਰ ਨੌਜਵਾਨ ਤਾਂ ਉਹਨਾਂ ਨੇ ਕਿਹਾ ਵੀ ਕਿਉਂ ਨੀ ਮੇਰੀ ਰਿਆਸਤ ਚ ਆਉਂਦਾ ਤਾਂ ਮੈਂ ਤੈਨੂੰ ਉੱਥੇ ਨੌਕਰੀ ਦਿਆਂਗਾ ਤਾਂ ਉਸ ਗੱਲ ਚ ਆ ਕੇ ਤਾਂ ਉਦੋਂ ਇਹ ਆਪਣੇ ਫਾਦਰ ਦੇ ਖਿਲਾਫ਼ ਸਾਡੇ ਦਾਦਾ ਜੀ ਇਹ ਸੱਚੇ ਨਹੀਂ ਸੀ ਕਿ ਉਹ ਆ ਰਿਆਸਤ ਚ ਪਟਿਆਲਾ ਰਿਆਸਤ ਚ ਇਹ ਕਿਹਾ ਜਾਂਦਾ ਸੀ ਵੀ ਮੇਰਾ ਬੇਟਾ ਤਾਂ ਹੁਣ ਐਸ਼ੀ ਚ ਪੈ ਜੂਗਾ ਵਿਗੜ ਜੂਗਾ ਤੇ ਉਹਨਾਂ ਨੇ ਆਪਣੇ ਵੱਲੋਂ ਕਿਹਾ ਵੀ ਤੂੰ ਨਲੈ ਕੇ ਬਸ ਦਫ਼ਾ ਹੋ ਜਾ ਬੜੇ ਗੁੱਸੇ ਨਾਲ ਉਹਨਾਂ ਨੂੰ ਉਦੋਂ ਤੁਹਾਡੇ ਦਾਦਾ ਜੀ ਨੂੰ ਇਹ ਨੀ ਪਤਾ ਸੀ ਕਿ ਉਹਨਾਂ ਦੀ ਪੋਤੀ ਇਸ ਫੈਮਿਲੀ ਦੇ ਵਿੱਚ ਜਾ ਕੇ ਜਿਹੜੀ ਜਾਏਗੀ ਉਸ ਪਰਿਵਾਰ ਦਾ ਹਿੱਸਾ ਬਣੇਗੀ ਤੇ ਦਰਸ਼ਕਾਂ ਨੂੰ ਮੈਂ ਦੱਸਣਾ ਚਾਹੁੰਦਾ ਹਾਂ ਕਿ ਬੀਬਾ ਅਮਰਜੀਤ ਜਿਹੜੇ ਕੈਪਟਨ ਅਮਰਿੰਦਰ ਸਿੰਘ ਨੇ ਉਹਨਾਂ ਦੇ ਚਾਚੀ ਜੀ ਨੇ ਤੇ ਅਸੀਂ ਇਹਨਾਂ ਨਾਲੋਂ ਕਿਉਂਕਿ ਜਿਹੜੇ ਨਿੱਜੀ ਗੱਲਾਂ ਦੇ ਨਾਲ ਨਾਲ ਮੈਂ ਸਮਝਦਾ ਕਿ ਇਹ ਗੱਲ ਕਰਨੀ ਬਹੁਤ ਜ਼ਰੂਰੀ ਹੈ ਜਿਹੜੀ ਸਿਆਸਤ ਦੀ ਅਸੀਂ ਗੱਲ ਬੀਬਾ ਜੀ ਕਰ ਰਹੇ ਸੀ ਤੇ ਜੇ ਫਿਰ ਇਹ ਦੇਖਿਆ ਜਾਵੇ ਕਰਨਲ ਸਾਹਿਬ ਵੀ ਸਿਆਸੀ ਸੀ ਤੁਸੀਂ ਗੱਲਾਂ ਸੁਣਦੇ ਸੁਣਦੇ ਜਿਹੜੇ ਇੱਕ ਕਿਸਮ ਦਾ ਜਿਵੇਂ ਕਹਿ ਸਕਦੇ ਖੂਨ ਚ ਸਿਆਸਤ ਸੀ ਤੇ ਤੁਸੀਂ ਵੀ ਸਿਆਸੀ ਸਰਗਰਮੀਆਂ ਚ ਹਿੱਸਾ ਲੈਣਾ ਸ਼ੁਰੂ ਕੀਤਾ ਤੁਸੀਂ ਦੋ ਟਰਮ ਰਾਜ ਸਭਾ ਦੇ ਮੈਂਬਰ ਰਹੇ ਤੇ 12 ਸਾਲ ਦੇ ਵਿੱਚ ਤੁਸੀਂ ਪੰਜਾਬ ਦੇ ਲਈ ਉੱਥੇ ਕੀ ਐਸਾ ਕੰਮ ਕੀਤਾ ਜਿਹੜਾ ਸਾਡੇ ਦਰਸ਼ਕਾਂ ਨੂੰ ਦੱਸਣਾ ਚਾਹੋਗੇ ਮੈਂ ਕਿਸਾਨ ਪਰਿਵਾਰ ਤੋਂ ਮੈਂ ਆਈ ਹਾਂ ਕਿਸਾਨੀ ਅਸੀਂ ਦੇਖਿਆ ਖੇਤੀਬਾੜੀ ਅਸੀਂ ਕਰਦੇ ਰਹੇ ਜੀ ਮੇਰੇ ਫਾਦਰ ਮੇਰੇ ਫਾਦਰ ਬਿਜ਼ੀ ਸੀ ਰਾਜਨੀਤੀ ਚ ਤਾਂ ਉਹਨਾਂ ਨੇ ਫਿਰ ਮੇਰੇ ਮਦਰ ਨੂੰ ਸੰਭਾਲਿਆ ਵੀ ਤੁਸੀਂ ਖੇਤੀਬਾੜੀ ਦੇਖੋ ਤਾਂ ਉਹ ਮੈਂ ਉਹਨਾਂ ਦੀ ਮਦਦ ਕਰਦੀ ਹੁੰਦੀ ਸੀ ਆਪਣੀ ਮਦਰ ਦੀ ਮੈਨੂੰ ਵੀ ਸ਼ੌਕ ਸੀ ਔਰ ਮੈਨੂੰ ਪਤਾ ਸੀ ਕਿ ਇੱਕ ਕਿਸਾਨ ਹੋਣ ਦੇ ਨਾਤੇ ਵੀ ਕੀ ਤਕਲੀਫਾਂ ਨੇ ਤਾਂ ਮੈਂ ਜ਼ਿਆਦਾ ਕੇਸ ਆਪਣੇ ਜਿਹੜੇ ਕਿਸਾਨ ਭਾਈ ਸੀ ਗਰੀਬ ਸੀ ਉਹਨਾਂ ਦੇ ਹਿੱਤਾਂ ਦੀ ਲਈ ਲੜਦੀ ਰਹੀ ਹੈ ਔਰ ਜਿਹੜੀ ਹੁਣ ਇਹਨਾਂ ਨੇ ਪ੍ਰਾਈਮ ਮਿਨਿਸਟਰ ਨੇ ਕੀਮਤਾਂ ਵਧਾਈਆਂ ਨੇ ਇਹ ਅਸੀਂ ਉਦੋਂ ਹੀ ਡਿਮਾਂਡ ਅਸੀਂ ਕਰਦੇ ਆ ਔਰ ਉਹਨਾਂ ਦੀਆਂ ਜੋ ਵੀ ਦਿੱਕਤਾਂ ਸੀ ਕਿਸਾਨਾਂ ਦੀਆਂ ਅਸੀਂ ਅੱਗੇ ਪੇਸ਼ ਕਰਦੇ ਰਹੇ ਹਾਂ ਔਰ ਉਦੋਂ ਬੜਾ ਲਹਿਰ ਸੀ ਕਿਸਾਨਾਂ ਦੇ ਕਮੇਟੀਆਂ ਬਣੀਆਂ ਸੀ ਪਿੰਡਾਂ ਚ ਰੋਕਦੇ ਹੁੰਦੇ ਸੀ ਜਿੰਨੇ ਵੀ ਖਾਸ ਕਰਕੇ ਸਿਆਸੀ ਬੰਦਿਆਂ ਨੂੰ ਤਾਂ ਮੈਨੂੰ ਵੀ ਘੇਰਿਆ ਗਿਆ ਮੈਂ ਘਨੌਰ ਹਲਕੇ ਚ ਦੌਰਾ ਕਰ ਰਹੀ ਸੀ ਤਾਂ ਕਹਿੰਦੇ ਜੀ ਤੁਸੀਂ ਨਾ ਜਾਓ ਮੇਰੇ ਜਿਹੜੇ ਸਾਥੀ ਸੀ ਉਹਨਾਂ ਨੇ ਰੋਕਿਆ ਕਿ ਵੀ ਤੁਸੀਂ ਨਾ ਜਾਓ ਮੈਂ ਕਿਹਾ ਮੈਨੂੰ ਕੋਈ ਡਰ ਨੀ ਕਿਉਂਕਿ ਮੈਂ ਕਿਸਾਨਾਂ ਲਈ ਲੜੀ ਹਾਂ ਔਰ ਮੈਂ ਕਿਸਾਨ ਦੀ ਬੇਟੀ ਹਾਂ ਤਾਂ ਮੈਂ ਫੇਸ ਕਰਨਾ ਚਾਹੁੰਦੀ ਹਾਂ ਮੈਂ ਮਿਲਣਾ ਚਾਹੁੰਦੀ ਹਾਂ ਉਹਨਾਂ ਨੂੰ ਜਿਹੜੇ ਵੀ ਅੰਦਰ ਕਿਸੇ ਨੂੰ ਜਾਣ ਨਹੀਂ ਦਿੰਦੇ ਕਿਸਾਨ ਤਾਂ ਮੈਂ ਗਈ ਉਹਨਾਂ ਨੇ ਰੋਕਿਆ ਕਹਿੰਦੇ ਨਹੀਂ ਜਾਣਦੇ ਮੇਰੇ ਉੱਥੇ ਲੋ ਸਿੰਬਲੀ ਪਿੰਡ ਦੇ ਕੋਲ ਮੇਰਾ ਘਰਾਓ ਕੀਤਾ ਗਿਆ ਤਾਂ ਉਹਨਾਂ ਨੇ ਮੈਨੂੰ ਰੋਕੇ ਮੈਂ ਗੱਡੀ ਚੋਂ ਉਤਰ ਕੇ ਮੇਰੇ ਨਾਲ
ਅਸੀਂ ਦੌਰਾ ਕਰ ਰਹੇ ਸੀ ਤਾਂ ਮੇਰੇ ਨਾਲ ਮੈਨੂੰ ਯਾਦ ਹੈ ਐਮ ਐਲ ਏ ਵੀ ਨਾਲ ਸੀ ਹੁਣ ਯਾਦ ਨਹੀਂ ਆ ਰਿਹਾ ਗਿਆਨੀ ਜੀ ਨਾਲ ਮੰਤਰੀ ਵੀ ਸੀ ਉਹ ਗੁਜ਼ਰ ਗਿਆ ਹੁਣ ਤਾਂ ਨਹੀਂ ਉਹ ਬੈਠੇ ਕਹਿੰਦੇ ਬੀਬਾ ਚੱਲ ਮੁੜੀਏ ਇੱਥੇ ਇੱਥੇ ਤਾਂ ਇਹਨਾਂ ਨੇ ਲਾਠੀ ਮਾਰਨੀ ਹੈ ਮੈਂ ਕਿਹਾ ਜੀ ਤੁਸੀਂ ਬੈਠੇ ਰਹੋ ਮੈਂ ਜਾਣੀ ਹੈ ਮੈਂ ਉਤਰ ਕੇ ਉਹਨਾਂ ਕਿਸਾਨਾਂ ਦੇ ਸਾਰੇ ਜਾਣਦੇ ਸੀ ਆਪਣੇ ਸੀ ਮਿਲਦੇ ਰਹੇ ਮੈਨੂੰ ਤਾਂ ਮੈਂ ਪਹੁੰਚ ਗਈ ਤਾਂ ਉਹਨਾਂ ਵਿੱਚੋਂ ਜਿਹੜੇ ਜ਼ਿਆਦਾ ਅਗਰੈਸਿਵ ਵੀ ਹੋ ਰਹੇ ਸੀ ਜ਼ਰਾ ਅੱਗੇ ਤੇ ਉਹਨਾਂ ਨੂੰ ਕਹਿੰਦੇ ਕੋਈ ਨੀ ਬੈਠੋ ਚੁੱਪ ਕਰਕੇ ਬੀਬੀ ਨਾਲ ਗੱਲ ਸੁਣੋ ਗਿੱਲ ਤੇ ਉਹਨਾਂ ਨੇ ਮੈਨੂੰ ਇੱਕ ਮੈਮੋਰੈਂਡਮ ਜਿਹੜਾ ਦਿੰਦੇ ਸੀ ਸਾਰਿਆਂ ਨੂੰ ਸਿਆਸੀ ਲੋਕਾਂ ਨੂੰ ਵੀ ਤੁਸੀਂ ਕੀ ਕੀਤਾ ਸਾਡੇ ਲੋਕਾਂ ਲਈ ਤਾਂ ਮੈਂ ਬੜੇ ਧੜੱਲੇਦਾਰੀ ਨਾਲ ਨਿਡਰ ਹੋ ਕੇ ਤਾਂ ਕਿਉਂਕਿ ਮੈਂ ਲੜਦੀ ਰਹੀ ਹਾਂ ਮੈਂ ਕਿਹਾ ਪਾਰਲੀਮੈਂਟ ਦੀਆਂ ਸਪੀਚਾਂ ਮੈਂ ਲਿਆ ਕੇ ਤੁਹਾਨੂੰ ਦੇ ਦਾਂ ਉਦੋਂ ਜਗਜੀਵਨ ਰਾਮ ਜੀ ਸਾਡੀ ਕਮੇਟੀ ਚ ਹੁੰਦੇ ਸੀ ਉਹਨਾਂ ਨੂੰ ਵੀ ਅਸੀਂ ਕਹਿੰਦੇ ਹੁੰਦੇ ਸੀ ਵੀ ਜਿਹੜਾ ਉਹ ਕਹਿੰਦੇ ਨਹੀਂ ਪੰਜਾਬ ਖੁਸ਼ਹਾਲੀ ਹੈ ਪੰਜਾਬ ਨੂੰ ਕਿਸੇ ਚੀਜ਼ ਦੀ ਲੋੜ ਨਹੀਂ ਤਾਂ ਅਸੀਂ ਕਹਿਣਾ ਕਿ ਸਾਡਾ ਹਿੱਸਾ ਤਾਂ ਦਿਓ ਜੇ ਸਾਡੀ ਹਿੰਮਤੀ ਨੇ ਕਿਸਾਨ ਭਾਈ ਤਾਂ ਉਹਨਾਂ ਦਾ ਇਹ ਤਾਂ ਨਹੀਂ ਵੀ ਤੁਸੀਂ ਸਾਡਾ ਜਿਹੜਾ ਹੱਕ ਬਣਦਾ ਵੀ ਉਹ ਤੁਸੀਂ ਰੋਕੋ ਤੇ ਉਸ ਲਈ ਉਹਨਾਂ ਨੇ ਉਹ ਮੇਰੇ ਵੱਲ ਦੇਖਣੇ ਕੌਣ ਬੋਲਦੀ ਉਦੋਂ ਮੇਰੀ ਉਮਰ ਛੋਟੀ ਸੀ ਪਹਿਲੀ ਟਰਮ ਸੀ ਉਦੋਂ ਤਾਂ ਕਹਿੰਦੇ ਅਰੇ ਕਿਸਾਨ ਭਾਈ ਤੋਂ ਮਸਤ ਹੈ ਸ਼ਰਾਬ ਪੀਤੇ ਹੈ ਮੌਜ ਕਰਤੇ ਹੈ ਮੈਂ ਕਿਹਾ ਜੀ ਕਿਸਾਨ ਹਾਂ ਕਹਿੰਦੇ ਉਦੋਂ ਖਾਣੇ ਪੀਣੇ ਮੈਂ ਲਗੇ ਰਹਿਤੇ ਮੈਂ ਕਿਹਾ ਜੀ ਉਹਨਾਂ ਦਾ ਵੱਡਾ ਦਿਲ ਹੈ ਕੁਦਰਤ ਵੱਲੋਂ ਕਿਉਂਕਿ ਕੁਦਰਤ ਤੇ ਬਹੁਤ ਹੀ ਡਿਪੈਂਡ ਹੁੰਦੀ ਫਸਲ ਜਿਹੜੀ ਹੈ ਪਰਮਾਤਮਾ ਦੀ ਕੁਦਰਤ ਦੇ ਉੱਤੇ ਹੈ ਮੌਸਮ ਅੱਛਾ ਹੋਏ ਟਾਈਮ ਸਿਰ ਪਾਣੀ ਮਿਲੇ ਤਾਂ ਬੜੀ ਸੋਹਣੀ ਫਸਲ ਹੁੰਦੀ ਹੈ ਤੁਸੀਂ ਜਿਵੇਂ ਦੱਸਿਆ ਕਿ ਪੰਜਾਬ ਦੇ ਵਿੱਚ ਜਿਹੜੇ ਪਾਰਲੀਮੈਂਟ ਦੀਆਂ ਸਪੀਚਾਂ ਤੁਸੀਂ ਉਹਨਾਂ ਕਹਿ ਕੇ ਮੈਂ ਤੁਹਾਨੂੰ ਦਿਖਾ ਸਕਦੀ ਹਾਂ ਬੀਬਾ ਜੀ ਇੱਕ ਗੱਲ ਜਿਹੜੀ ਹੈ ਇੱਕ ਸਪੀਚ ਤੁਹਾਡੀ ਜਿਹੜੀ ਪਾਰਲੀਮੈਂਟ ਦੇ ਵਿੱਚ ਜਿਸ ਨੇ ਇੱਕ ਵਿਵਾਦ ਪੈਦਾ ਕੀਤਾ ਜਿਹੜੀ ਇੱਕ ਬੜੀ ਕੰਟਰੋਵਰਸ਼ੀਅਲ ਸਪੀਚ ਮੰਨੀ ਜਾਂਦੀ ਹੈ ਕਿ ਤੁਸੀਂ ਵਾਈਟ ਪੇਪਰ ਤੇ ਜਿਹੜੇ ਪੰਜਾਬ ਦੇ ਖਾਸ ਤੌਰ ਤੇ ਆਪਰੇਸ਼ਨ ਬਲੂ ਸਟਾਰ ਤੇ ਤੁਸੀਂ ਉੱਥੇ ਕੁਛ ਟਿੱਪਣੀ ਕੀਤੀ ਉਹ ਟਿੱਪਣੀ ਜਿਹੜੀ ਉਸ ਤੋਂ ਬਾਅਦ ਪੰਜਾਬ ਦੇ ਖਾਸ ਤੌਰ ਤੇ ਕਿਉਂਕਿ ਤੁਹਾਡੀ ਤਾਂ ਆਪਦੀ ਬੈਕਗਰਾਉਂਡ ਜਿਸ ਤਰ੍ਹਾਂ ਦੱਸਿਆ ਵੀ ਸਿੱਖਾਂ ਦੀ ਹੈ ਤੇ ਤੁਸੀਂ ਆਪਣੇ ਆਪ ਨੂੰ ਕਿਸਾਨ ਦੀ ਬੇਟੀ ਦੱਸਿਆ ਉਹ ਜਿਹੜੀ ਖਾਸ ਟਿੱਪਣੀ ਕੀ ਸੀ ਹਾਂਜੀ ਉਦੋਂ ਥੋੜਾ ਥੋੜਾ ਇਹ ਅੱਤਵਾਦ ਸ਼ੁਰੂ ਹੋ ਗਿਆ ਸੀ ਜੀ ਤਾਂ ਉਸ ਟਾਈਮ ਕਈ ਵਾਰੀ ਟੋਰਾ ਸਾਹਿਬ ਵੀ ਸੀ ਉਸ ਟਾਈਮ ਰਾਜ ਸਭਾ ਦੇ ਮੈਂਬਰ ਹਾਂਜੀ ਤਾਂ ਮੇਰੇ ਕੋਲ ਕਈ ਬਾਹਰ ਦੇ ਜਿਹੜੇ ਨੌਕਰੀਆਂ ਕਰ ਰਹੇ ਸੀ ਸਿੱਖ ਜਾਂ ਬਿਜ਼ਨਸ ਕਰਦੇ ਸੀ ਸਿੱਖ ਉਹ ਮੈਨੂੰ ਮਿਲਦੇ ਹੁੰਦੇ ਸੀ ਮੈਂ ਜਦ ਦਿੱਲੀ ਐਮ ਪੀ ਸੀ ਉਹਨਾਂ ਨੇ ਕਹਿਣਾ ਜੀ ਆਹ ਜਿਹੜਾ ਹੁਣ ਬੜਾ ਖਤਰਨਾਕ ਇੱਕ ਨਾਰਾ ਸ਼ੁਰੂ ਹੋ ਗਿਆ ਵੀ ਖਾਲਿਸਤਾਨ ਵਾਲਾ ਇਹ ਸਾਡੇ ਲੋਕਾਂ ਲਈ ਜਿਹੜੇ ਅਸੀਂ ਬਾਹਰ ਵਸੇ ਹੋਏ ਹਾਂ ਆਪਣੇ ਕਾਰੋਬਾਰ ਆਪਣਾ ਕੰਮ ਕਾਰ ਕਰ ਰਹੇ ਹਾਂ ਸਾਨੂੰ ਬਹੁਤ ਨੁਕਸਾਨ ਹੋ ਰਿਹਾ ਇਹਦੇ ਬਾਰੇ ਇਹ ਨਾਰੇ ਨੂੰ ਤੁਸੀਂ ਬੰਦ ਕਰੋ ਤਾਂ ਉਹ ਹੁਣ ਸਾਨੂੰ ਟਿਚਰਾਂ ਕਰਦੇ ਨੇ ਕਿ ਭਾਈ ਖਾਲਿਸਤਾਨ ਬਣ ਰਿਹਾ ਕਦੋਂ ਤੁਸੀਂ ਜਾਣਾ ਪੰਜਾਬ ਚ ਤਾਂ ਕਹਿੰਦੇ ਸਾਥੋਂ ਉਹ ਚੱਲਿਆ ਨਹੀਂ ਜਾਂਦਾ ਤੇ ਇਹ ਮੇਰੇ ਮਨ ਨੂੰ ਸੁਣ ਕੇ ਮੈਂ ਕਿਹਾ ਇਹ ਤਾਂ ਬੜੀ ਖਤਰਨਾਕ ਜਿਹੜੀ ਚੀਜ਼ ਹੈ ਸਾਡੇ ਜਿਹੜੇ ਪੰਜਾਬੀ ਭਾਈ ਨੇ ਸਿੱਖ ਭਾਈ ਨੇ ਸਾਡੇ ਪੰਜਾਬੀ ਵੀ ਦੂਜੇ ਵੀ ਨਾਨ ਸਿੱਖ ਸਾਰੇ ਪੰਜਾਬੀ ਬੜੇ ਹਿੰਮਤੀ ਬੜਾ ਸੋਹਣਾ ਬਾਹਰ ਮੁਲਕਾਂ ਚ ਵੀ ਤਰੱਕੀ ਕਰ ਰਹੇ ਨੇ ਕਾਰੋਬਾਰ ਬੜਾ ਸੋਹਣਾ ਬੜੇ ਪੁਸ਼ਿੰਗ ਨੇ ਅਸੀਂ ਨੀ ਚਾਹੁੰਦੇ ਕਿ ਵੀ ਜਿੱਥੇ ਉਹਨਾਂ ਦਾ ਕਾਰੋਬਾਰ ਕਰ ਰਹੇ ਨੇ ਆਪਣਾ ਬੜਾ ਪੰਜਾਬ ਦਾ ਨਾਂ ਉੱਚਾ ਕਰ ਰਹੇ ਨੇ ਵੀ ਕਿਸੇ ਪੱਖੋਂ ਡਿਮੋਰਲਾਈਜ਼ ਹੋਣ ਤਾਂ ਕੁਦਰਤੀ ਮੈਨੂੰ ਉੱਥੇ ਪਾਰਲੀਮੈਂਟ ਚ ਮੈਨੂੰ ਟੋੜਾ ਸਾਹਿਬ ਮਿਲੇ ਤਾਂ ਮੈਂ ਕਿਹਾ ਐਜ਼ ਅ ਸਿੱਖ ਹੈਡ ਨੇ ਸਾਡੇ ਪ੍ਰਧਾਨ ਨੇ ਐਸ ਜੀ ਪੀ ਸੀ ਦੇ ਤਾਂ ਮੈਂ ਕਿਹਾ ਜੀ ਮੈਂ ਤੁਹਾਨੂੰ ਐਜ਼ ਅ ਪੋਲੀਟੀਸ਼ੀਅਨ ਜਾਂ ਕਾਂਗਰਸ ਦੀ ਕੋਈ ਵੱਲੋਂ ਮੈਂ ਕੋਈ ਨੀ ਮੈਂ ਐਜ਼ ਅ ਸਿੱਖ ਤੁਹਾਨੂੰ ਬੇਨਤੀ ਕਰਦੀ ਹਾਂ ਮੈਂ ਕਿਹਾ ਤੁਹਾਡੇ ਕੋਲ ਵੀ ਬੜੇ ਆਉਂਦੇ ਹੋਣੇ ਹੈ ਮੇਰੇ ਕੋਲ ਤਾਂ ਆ ਹੀ ਰਹੇ ਨੇ ਪਰ ਤੁਹਾਡੇ ਕੋਲ ਤਾਂ ਖਾਸ ਕਰਕੇ ਤੁਹਾਡੀ ਨਿਗਾਹ ਤੁਹਾਨੂੰ ਲਿਆਉਣ ਵੀ ਉਹ ਬੜੇ ਦੁਖੀ ਨੇ ਜਿਹੜਾ ਉੱਠ ਰਿਹਾ ਵੀ ਖਾਲਿਸਤਾਨ ਵੀ ਅਸੀਂ ਪੰਜਾਬ ਨੇ ਵੱਖਰੇ ਹੋਣੇ ਇਸ ਨੂੰ ਆਪਾਂ ਨੂੰ ਹੁਣ ਨੀ ਤਾਂ ਕਹਿੰਦੇ ਕਿ ਬੀਬਾ ਕੁਛ ਚੀਜ਼ ਹਾਸਲ ਵਾਸਤੇ ਕੁਰਬਾਨੀਆਂ ਦੇਣੀਆਂ ਪੈਂਦੀਆਂ ਅੱਛਾ ਇਹ ਮੈਨੂੰ ਜਵਾਬ ਮਿਲਿਆ ਠੀਕ ਹੈ ਮੈਂ ਚੁੱਪ ਹੋ ਕੇ ਆ ਗਈ ਮੈਂ ਕਿਹਾ ਇਹ ਤਾਂ ਕੋਈ ਜਵਾਬ ਨਹੀਂ ਕੁਰਬਾਨੀ ਕਾਹਦੀ ਵੀ ਯਾ ਤਾਂ ਮੰਗਣਾ ਸੀ ਉਸ ਟਾਈਮ ਜਦੋਂ ਜਿਨ੍ਹਾਂ ਨੇ ਮੰਗਿਆ ਸੀ ਪਾਕਿਸਤਾਨ ਉਦੋਂ ਜਿਹੜੇ ਸਾਡੇ ਸਿੱਖ ਲੀਡਰ ਸੀ ਤਾਂ ਉਹਨਾਂ ਨੂੰ ਉਦੋਂ
ਉਦੋਂ ਤੁਸੀਂ ਸਵਾਲ ਉਠਾਣਾ ਸੀ ਤਾਂ ਮੰਗ ਲੈਂਦੇ ਵੱਖਰਾ ਜੋ ਵੀ ਖਾਲਿਸਤਾਨ ਹੈ ਜੋ ਵੀ ਮੰਗਣਾ ਚਾਹੁੰਦੇ ਸੀ ਤਾਂ ਹੁਣ ਜੋ ਉਸ ਟਾਈਮ ਫੈਸਲਾ ਹੋ ਗਿਆ ਕਿ ਅਸੀਂ ਹਿੰਦੁਸਤਾਨ ਦੇ ਨਾਲ ਹੀ ਰਹਿਣਾ ਹਿੰਦੁਸਤਾਨ ਦਾ ਹਿੱਸਾ ਬਣ ਕੇ ਰਹਿਣਾ ਤਾਂ ਫਿਰ ਆਪਾਂ ਨੂੰ ਉਹਨਾਂ ਦੇ ਜੋ ਫੈਸਲੇ ਕੀਤੇ ਉਹਨਾਂ ਤੇ ਸਾਨੂੰ ਫੁੱਲ ਚੜਾਉਣਾ ਚਾਹੀਦਾ ਔਰ ਗ੍ਰੇਸ ਦਿਖਾਉਣੀ।